पांचवें विश्व कबड्डी कप का शुभारंभ समारोह जलंधर के गुरु गोविंद सिंह स्टेडियम में 6 दिसंबर को हो रहा है। इसकी तैयारियों के संबंध में जलंधर के डिप्टी कमिश्नर कमल किशोर यादव ने जिला प्रशासनिक अधिकारियों और जलंधर पुलिस अधिकारियों के साथ एक विशेष बैठक की। इस दौरान कमल किशोर यादव ने बताया कि समारोह में कल्चरल प्रोग्राम करवाया जाएगा। समारोह में इस विश्व कप में भाग लेने वाली सभी कबड्डी टीमें पहुंचेंगी। इसके अलावा समारोह स्थल में कैसे प्रवेश किया जाएगा इसका जायजा भी ले लिया गया है, ताकि दर्शकों को किसी भी तरह की मुश्किल पेश ना आए। पांचवे वर्ल्ड कप कबड्डी का इनॉग्रेशन सेरेमनी जलंधर विखे होनी है और यह सेरेमनी 6 दिसंबर नू होएगी। ਇਹਦੇ ਲਈ ਅੱਜ ਰਿਵਿਊ ਕਰਨ ਦੇ ਲਈ ਕਿ ਕਿਹੜੇ ਕਿਹੜੇ ਇੰਤਜ਼ਾਮਾਤ ਕਰ ਦਿੱਤੇ ਗਏ ਹੈ ਉਹਨਾਂ ਦੇ ਬਾਰੇ ਅੱਜ ਸਾਰੇ ਆਫਿਸਰਸ ਦੀ ਮੀਟਿੰਗ ਕੀਤੀ ਗਈ ਹੈ। ਇਹਦੇ ਵਿੱਚ ਅਸੀਂ ਵੱਖ ਵੱਖ ਕਮੇਟੀਆਂ ਬਣਾਈ ਸੀਗੀ, ਉਹਨਾਂ ਦੇ ਵੱਲੋਂ ਸਾਰਾ ਦੇ ਵੱਲੋਂ ਕਾਫੀ ਚੰਗੀ ਤਰ੍ਹਾਂ ਆਪਣਾ ਪਲਾਨ ਤਿਆਰ ਕਰ ਲਿਆ ਗਿਆ ਹੈ ਔਰ ਉਹਨੂੰ ਅਗਲੇ ਆਉਣ ਵਾਲੇ ਹਫਤੇ 10 ਦਿਨਾਂ ਦੇ ਅੰਦਰ ਅਸੀਂ ਜਿਹੜਾ ਹੈਗਾ ਮੌਕੇ 'ਤੇ ਲਾਗੂ ਕਰਵਾ ਦੇਵਾਂਗੇ। ਸਿਕਿਉਰਿਟੀ ਦਾ ਪਲਾਨ ਵੀ ਜਿਹੜਾ ਹੈਗਾ ਉਹ ਕਮਿਸ਼ਨਰ ਪੁਲਿਸ ਸਾਹਿਬ ਵੱਲੋਂ ਪੂਰੀ ਤਰ੍ਹਾਂ ਡਿਟੇਲ ਕਰਵਾ ਲਿਆ ਗਿਆ ਹੈਗਾ। ਪਾਰਕਿੰਗ ਕਿਸ ਤਰੀਕੇ ਨਾਲ ਹੋਏਗੀ, ਲੋਕਾਂ ਦੀ ਐਂਟਰੀ ਕਿੱਧਰੋਂ ਹੋਣੀ ਹੈ, ਐਗਜ਼ਿਟ ਕਿੱਧਰੋਂ ਹੋਣੀ ਹੈ, ਜਿਹੜੇ ਲੋਕ ਇੱਥੇ ਦਰਸ਼ਕ ਦੇ ਤੌਰ 'ਤੇ ਆਉਣਗੇ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕੀ ਕਿੱਧਰੋਂ ਆਉਣਾ ਹੈਗਾ, ਕਿੱਥੇ ਉਹਨਾਂ ਨੇ ਬੈਠਣਾ ਹੈ, ਉਹ ਸਾਰਾ ਕਾ ਸਾਰਾ ਪਲਾਨ ਕੀਤਾ ਗਿਆ। ਇਸੇ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਕੰਟੀਜੈਂਸੀ ਨੂੰ ਵਰਤਣ ਦੇ ਲਈ ਮੈਡੀਕਲ ਟੀਮਸ ਦਾ, ਫਾਇਰ ਬ੍ਰਿਗੇਡਸ ਦਾ ਔਰ ਬਾਕੀ ਜਿਹੜੇ ਇੰਜਾਮਾਤ ਹੋ ਸਕਦੇ ਆ, ਐਗਜ਼ਿਟ ਇਵੈਕੂਏਸ਼ਨ ਪਲਾਨ ਜਿਹੜੇ ਬਣਦੇ ਹੈਗੇ ਉਹ ਵੀ ਤਿਆਰ ਕਰਵਾ ਲਏ ਗਏ ਹਨ। ਇਹਦੇ ਨਾਲ ਹੀ ਇਸ ਚੀਜ਼ ਦੇ ਲਈ ਇਸ ਇਨੋਗਰਲ ਸੈਰੇਮਨੀ ਨੂੰ ਜਿਹੜੇ ਕਿ ਇੱਕਦਮ ਕਲਚਰਲ ਐਕਸਟਰਾ ਵੈਗੇਂਜਾ ਹੋਏਗਾ, ਉਸਦੇ ਲਈ ਪੰਜਾਬ ਸਰਕਾਰ ਵੱਲੋਂ ਫੈਰੀਜ਼ ਵੀਲ ਕੰਪਨੀ ਹੈਗੀ, ਉਹਨਾਂ ਨੂੰ ਉਹਨਾਂ ਨੇ ਐਮਪੈਨਲ ਕੀਤਾ ਹੈ ਇਸ ਦੇ ਲਈ। ਇਸ ਕੰਪਨੀ ਨੇ ਪਿਛਲੀ ਵਾਰ ਵੀ ਬਠਿੰਡਾ ਵਿੱਚ ਆਪਣਾ ਓਪਨਿੰਗ ਸੈਰੇਮਨੀ ਔਰ ਲੁਧਿਆਣਾ ਵਿੱਚ ਕਲੋਜਿੰਗ ਸੈਰੇਮਨੀ ਕਰਵਾਈ ਸੀ, ਇਸ ਵਾਰ ਵੀ ਓਪਨਿੰਗ ਅਤੇ ਕਲੋਜਿੰਗ ਸੈਰੇਮਨੀ ਇਹਨਾਂ ਦੇ ਵੱਲੋਂ ਕਰਵਾਈ ਜਾਏਗੀ। ਓਪਨਿੰਗ ਸੈਰੇਮਨੀ ਪਿਓਰਲੀ ਜਿਹੜੀ ਹੈਗੀ ਉਹ ਕਲਚਰਲ ਪ੍ਰੋਗਰਾਮ ਹੋਏਗਾ ਉਹਦੇ ਵਿੱਚ, ਔਰ ਉਹਦੇ ਨਾਲ ਪ੍ਰੋਟੋਕੋਲ ਜਿਹੜਾ ਹੁੰਦਾ ਹੈਗਾ ਜਾਂ ਜਿਹੜੀ ਸਾਡੇ ਲਈ ਟੈਕਨੀਕਲ ਜਿਹੜੀ ਹੈਗੇ ਕੰਮ ਹੁੰਦੇ ਹੈਗੇ ਉਹ ਇਹਦੇ ਵਿੱਚ ਹੋਣਗੇ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਬੱਡੀ ਦਾ ਮੈਚ ਨਹੀਂ ਖੇਡਿਆ ਜਾਏਗਾ।